हाँ जी, सारे नूं प्यार भरी सत श्री अकाल जी। अज्ज नवां स्टार्ट कर लेंगे फिर तो ब्लॉग जी। ते अज दो तीन काम सीगे। पहला तां तुहानूं स्टोरी एक दसनी चाहुंना बई, जिहड़े ब्लॉग आ मैं बहुत ज़्यादा बनाई तां बैठा, पर मैं तो एडिटिंग नहीं हुंदे। ते पहला दो क दिन बुखार चढ़दा रहा, ते फिर कोशिश कीती चल बना लैंदे आ, ते बई एडिटिंग कर दिंदे आ, पर नहीं होए फिर भी विच रहि गए काम। ਅਤੇ ਅੱਜ ਸੀਗੇ ਦੋ ਤਿੰਨ ਕੰਮ ਕਰਨੇ ਸੀਗੇ। ਇੱਕ ਤਾਂ ਮਾਮਾ ਜੀ ਨੇ ਟਰੈਕਟਰ ਲਿਆ ਸੀਗਾ, ਉਹਦੇ ਪੈਸੇ ਦੇ ਕੇ ਆਉਣੇ ਸੀ, ਜਿਨ੍ਹਾਂ ਤੋਂ ਮਤਲਬ ਵੀ ਕਰਾਰ ਹੁੰਦਾ ਉਹਨਾਂ ਨੂੰ ਦੇ ਕੇ ਆਉਣੇ ਸੀ ਪੈਸੇ ਉੱਧਰ ਜਾਣਾ ਜੀ। ਅਤੇ ਇੱਕ ਗੱਡੀ ਦਾ ਕੱਲ੍ਹ ਥੋੜ੍ਹਾ ਜਿਹਾ ਕੰਮ ਕਰਾਇਆ ਸੀਗਾ, ਬ੍ਰੇਕ ਬਰੂਕ ਉਹਦੇ ਸੈੱਟ ਕਰਵਾਏ ਸੀਗੇ, ਅਤੇ ਅਲਾਈਨਮੈਂਟ ਵਗੈਰਾ ਕਰਵਾਈ ਸੀਗੀ। ਕਾਫੀ ਗੰਦੀ ਹੋਈ ਪਈ ਸੀ ਗੱਡੀ, ਅਤੇ ਉਹ ਧਵਾ ਧੂ ਵੀ ਸੀ, ਅਤੇ ਅੱਜ ਉਹ ਫਿਰ ਉਹਨਾਂ ਨੇ ਉਹ ਗਲੀਸ ਗਲੂਸ ਜਿਹਾ ਲਿਆ, ਹੱਥ ਲਾ ਲੂ ਦਿੱਤੇ ਉੱਤੇ, ਫਿਰ ਉਹ ਖਰਾਬ ਹੋ ਗਈ ਗੱਡੀ। ਉਹਨੂੰ ਧੋਣੇ ਧੋਣੇ ਜੀ, ਜਾ ਕੇ ਧੋ ਕੇ ਫਿਰ ਉੱਧਰ ਜਾਣਾ ਜੀ। ਅਤੇ ਬਾਕੀ ਜਿਹੜੇ ਉਹ ਦੋ ਤਿੰਨ ਬਲੌਗ ਸੀ ਜਿਹੜੇ ਮੈਂ ਪਹਿਲਾਂ ਸ਼ੂਟ ਕੀਤੇ ਹੋਏ, ਉਹ ਮੈਂ ਤਾਂ ਐਡੀਟਿੰਗ ਨਹੀਂ ਹੋਏ, ਅਤੇ ਹੁਣ ਮੈਂ ਕੋਸ਼ਿਸ਼ ਕਰਦਾ ਵੀ ਐਡੀਟਿੰਗ ਕਰਾਂ। ਅਤੇ ਜਿਹੜਾ ਕੰਪਿਊਟਰ ਆ ਉਹ ਵੀ ਮੇਰਾ ਕਾਫੀ ਜ਼ਿਆਦਾ ਪੀ ਸੀ ਜਿਹੜਾ ਸਾਰਾ ਮਿੱਟੀ ਨਾਲ ਲਿਬੜਿਆ ਪਿਆ, ਮਤਲਬ ਤੁਹਾਨੂੰ ਪਤਾ ਹੀ ਹੈ ਪੰਜਾਬ ਵਿੱਚ ਪਿੰਡਾਂ ਵਿੱਚ ਕੀ ਹਾਲ ਹੁੰਦਾ ਨਾ, ਵੀ ਸਭ ਤੋਂ ਜ਼ਿਆਦਾ ਮਿੱਟੀ ਇੱਥੇ ਉੜਦੀ ਆ, ਵੀ ਜਿੰਨੀ ਮਰਜ਼ੀ ਸਫਾਈ ਰੱਖ ਲਈਏ ਪਰ ਹੱਥ ਨੂੰ ਵੀ ਜਿਹੜੀ ਉਹ ਮਿੱਟੀ ਸਾਰੀ ਉਹ ਸਾਰਾ ਇਹਨਾਂ ਟੇਬਲ ਟੂਬਲ 'ਤੇ ਅਤੇ ਇਹ ਪੀ ਸੀ ਉੱਤੇ ਸਾਰੇ ਉੱਤੇ ਪੈ ਜਾਂਦਾ ਜੀ। ਫਿਰ ਉਹਨੂੰ ਮੈਂ ਸਾਫ਼ ਤਾਂ ਵੈਸੇ ਕਰਦਾ ਰਹਿੰਦਾ ਜੀ, ਉਹ ਦੋ ਤਿੰਨ ਦਿਨ ਤਬੀਅਤ ਠੀਕ ਨਹੀਂ ਸੀ, ਅਤੇ ਹੁਣ ਮਤਲਬ ਵੀ ਉਹ ਅੱਜ ਫਿਰ ਉਹਨੂੰ ਸਾਫ਼ ਕਰਦਾ ਜੀ, ਅਤੇ ਕਰਦਾ ਬਲੌਗ ਐਡੀਟਿੰਗ ਡੂਡਿੰਗ ਜੀ, ਐਡੀਟਿੰਗ ਕਰਕੇ ਬਲੌਗ ਜੀ, ਫਿਰ ਗੱਡੀ ਧੋਣੀ, ਗੱਡੀ ਧੋ ਕੇ ਫਿਰ ਅਸੀਂ ਜਾਣਾ ਜੀ। ਅਤੇ ਫਿਰ ਇੱਕ ਸ਼ਾਇਦ ਸਾਨੂੰ ਇੱਕ ਹੋਰ ਵੀ ਕੰਮ ਸੀਗਾ, ਅਸੀਂ ਉਹ ਕਣਕ ਬੀਜਣ ਵਾਲੀ ਜਿਹੜੀ ਮਸ਼ੀਨ ਹੁੰਦੀ ਆ ਉਹ ਲੈਣੀ ਹੈ। ਪਹਿਲਾਂ 69 ਟਰੈਕਟਰ ਸੀ, ਉਹਦੇ ਮਤਲਬ ਟਾਇਰ ਚੜਾਉਣੇ ਸੀਗੇ, ਟਾਇਰ ਨਹੀਂ ਚੜਾਉਂਦੇ ਸੀ ਉਹਦੇ, ਅਤੇ ਮਸ਼ੀਨ ਕਣਕ ਬੀਜਣ ਵਾਲੀ ਡੈਡੀ ਕਹਿੰਦੇ ਵੀ ਟਾਇਰ ਕੰਮ ਦਿੰਦੇ ਆ 69 ਦੇ, ਅਤੇ ਮਸ਼ੀਨ ਅਸੀਂ ਲੈਣੀ ਆ ਐਤੀ, ਅਤੇ ਵੇਖਦੇ ਹਾਂ ਵੀ ਅੱਜ ਹੀ ਜਾਣਾ ਮਸ਼ੀਨ ਵਾਸਤੇ ਲੈਣ ਬਈ, ਅਤੇ ਕੱਲ੍ਹ ਨੂੰ ਜਾਣਾ। ਅਤੇ ਦੋ ਤਿੰਨ ਹੋਰ ਨਿੱਕੇ ਮੋਟੇ ਕੰਮ ਸੀ, ਡੈਡੀ ਕਹਿੰਦਾ ਸੀ ਕਰਨ ਨੂੰ, ਜਿਵੇਂ ਮਤਲਬ ਟਰਾਲੀ ਵਿੱਚ ਜਾਲੀ ਆਉਂਦੀ ਹੈ, ਮਤਲਬ ਕਣਕ ਹੁਣ ਝੋਨਾ ਵੱਢਾਂਗੇ ਅਤੇ ਉਦੋਂ ਬੈਕ ਸਾਈਡ 'ਤੇ ਜਾਲੀ ਪਾਉਣੀ, ਉਹਦੇ ਮਤਲਬ ਟਰਾਲੀ ਦੇ ਡਾਲੇ ਜੇ ਕੋਲ, ਅਤੇ ਦਾਣੇ ਦੂਣੇ ਵਾਸਤੇ ਵੀ ਵੱਧ ਪੈ ਜਾਂਦੇ ਆ, ਖੇਤ ਥੋੜ੍ਹੇ ਸਾਡੇ ਦੂਰ ਪੈ ਜਾਂਦੇ ਆ, ਉੱਥੋਂ ਲਿਆਉਣੇ ਕਰਨਾ ਔਖਾ ਹੋ ਜਾਂਦਾ ਸਾਨੂੰ ਥੋੜ੍ਹਾ ਜਿਹਾ, ਗੇੜੇ ਵੱਧ ਲੱਗ ਜਾਂਦੇ ਨੇ, ਉਹਦੇ ਕਰਕੇ ਅੱਜ ਕਈ ਦੋ ਤਿੰਨ ਉਹ ਵੀ ਕੰਮ ਨੇ ਕਈ ਕਰਨ ਵਾਲੇ ਆ। ਅਤੇ ਅੱਜ ਮੈਂ ਸੋਚਿਆ ਚਲੋ ਬਲੌਗ ਵੀ ਬਣਾ ਹੀ ਲੈ ਕੇ ਨਾ ਨਾ, ਹੈ ਨਾ, ਅਤੇ ਅੱਜ ਸੀ ਤਬੀਅਤ ਠੀਕ ਸੀਗੀ, ਅਤੇ ਚਲੋ ਮੈਂ ਬਣਾਉਂਦੇ ਹਾਂ ਫਿਰ ਅੱਜ ਬਲੌਗ ਹੀ। ਚਲੋ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਜੀ ਆਪਣਾ ਕੰਪਿਊਟਰ ਸਾਫ਼, ਕੰਪਿਊਟਰ ਸਾਫ਼ ਕਰਨ ਤੋਂ ਬਾਅਦ ਫਿਰ ਆਪਾਂ ਜੀ ਗੱਡੀ ਵਾਸ਼ ਕਰਦੇ, ਫਿਰ ਆਪਾਂ ਚੱਲਦੇ ਹਾਂ ਨਾਨਕੇ ਪਿੰਡ। ਕੰਮ ਤਾਂ ਮੈਂ ਉਹ ਸਾਫ਼ ਕਰਨ ਲੱਗਿਆ ਸੀਗਾ ਜੀ, ਪਹਿਲਾਂ ਇੱਕ ਕੰਮ ਹੋਰ ਯਾਦ ਆ ਗਿਆ ਮੇਰੇ ਦਿਮਾਗ ਦੇ ਵਿੱਚ, ਵੱਜਿਆ ਵੀ ਆ ਜਿਹੜਾ ਇਹਦਾ ਹੈਗਾ ਨਾ ਟਰਾਈਪੋਡ ਦਾ ਆਹ ਲੈਗ ਆ ਜਿਹੜੀ, ਇਹ ਨਾ ਹਿੱਲਦੀ ਆ, ਵੇਖੋ ਜੀ ਇਹਦਾ ਸਕਰੂ ਆ ਥੱਲੋਂ ਢਿੱਲੇ ਹੋ ਗਏ ਇਹਦੇ, ਅਤੇ ਮੈਂ ਚਲੋ ਇਹਨੂੰ ਪਹਿਲਾਂ ਕਾਸ ਕੇ ਮੈਨੂੰ ਲੱਗਦਾ ਇੱਕ ਸਕਰੂ ਇਹਦਾ ਨਿਕਲ ਚੁੱਕਿਆ ਜੀ, ਇੱਕ ਸਕਰੂ ਨਿਕਲ ਗਿਆ ਤਾਂ ਮੈਨੂੰ ਲੱਗਦਾ ਡਿੱਗ ਗਿਆ ਉਹ, ਅਤੇ ਉਹ ਮੈਂ ਮੇਰੇ ਕੋਲ ਪਏ ਸਕਰੂ, ਮੈਂ ਸ਼ਾਇਦ ਉਹ ਪਾ ਕੇ ਵੇਖਣਾ, ਸ਼ਾਇਦ ਉਹਨਾਂ 'ਚ ਇੱਕ ਲੱਗ ਜੇ। ਹਾਂਜੀ, ਇਹ ਲੋਟ ਤਾਂ ਮੈਂ ਕਰ ਲਿਆ ਜੀ, ਹੋ ਗਿਆ ਲੋਟ, ਅਤੇ ਜਾਂ ਥੱਲੇ ਨਾ ਦੋ ਜਿਹੜੇ ਨਟ ਸੀ ਵਿੱਚ ਦੇਖ ਰਹੇ ਹੋਣਗੇ ਤੁਹਾਨੂੰ, ਨਿੱਕੇ ਨਿੱਕੇ ਨਟ ਹੋਣਗੇ, ਇੱਥੇ ਆ ਰਿਹਾ ਉੱਪਰ ਬਲੈਕ ਰਿਹਾ ਅਤੇ ਇੱਧਰ ਆ ਰਿਹਾ, ਇੱਕ ਤਾਂ ਇਹ ਦੋ ਨਟ, ਅਤੇ ਇੱਕ ਤਾਂ ਸੀਗਾ ਸਹੀ ਸੀ ਨਾਲ ਸੀਗਾ, ਉਹ ਵੀ ਖਰਾਬ ਹੋ ਗਿਆ ਸੀ ਥੋੜ੍ਹਾ ਜਿਹਾ, ਫਿਰ ਉਹਦੇ ਥਾਂ 'ਤੇ ਮੈਂ ਲੰਮੇ ਸਕਰੂ ਸੀ ਮੇਰੇ ਕੋਲ ਥੋੜ੍ਹੇ ਥੋੜ੍ਹੇ ਪਏ, ਫਿਰ ਉਹ ਲਾ ਤੇ ਅਤੇ ਉਹਦਾ ਸੈੱਟ ਹੋ ਗਿਆ, ਹੁਣ ਹਿੱਲਣੋਂ ਹਟ ਗਿਆ, ਅਤੇ ਹੁਣ ਮਤਲਬ ਜਿਹੜੀ ਉਹ ਸੈਟਿੰਗ ਵੀ ਸਹੀ ਆਉਣ ਲੱਗ ਗਈ ਇਹਦੀ, ਸੈੱਟ ਹੋ ਗਿਆ, ਅਤੇ ਬਾਕੀ ਫੜ ਕੇ ਬਲੌਕ ਕਰਨਾ ਵੀ ਸੌਖਾ ਹੋ ਜਾਂਦਾ ਦੋਨੇ ਪਾਸੇ, ਅਤੇ ਪਹਿਲਾਂ ਹਿੱਲਦਾ ਗਾ ਸੀ ਅਤੇ ਉਹਦਾ ਲੱਗਦਾ ਵੀ ਡਿੱਗੂਗਾ, ਹੁਣ ਤਾਂ ਆਪਾਂ ਇਹਨੂੰ ਲੰਮਾ ਵੀ ਕਰ ਲਈਏ, ਇਸ ਤੋਂ ਛੋਟਾ ਕਰ ਲਈਏ, ਵੀ ਸਹੀ ਕੰਮ ਕਰਦਾ ਜੀ। ਅਤੇ ਚਲੋ ਜੀ ਆਪਾਂ ਹੁਣ ਕਰਦੇ ਹਾਂ ਕੰਪਿਊਟਰ ਸਾਫ਼ ਟੇਬਲ ਜੀ ਇਹਦਾ। ਕਲੀਨ ਸਾਰਾ ਕਰਤਾ ਜੀ ਮੈਂ ਕੰਪਿਊਟਰ, ਜਿੰਨਾ ਸੀਗਾ ਸਾਰਾ ਮਤਲਬ ਵੀ ਟੇਬਲ ਟੂਬਲ ਸਾਰਾ ਸਾਫ਼ ਕਰਤਾ ਜੀ, ਬਹੁਤ ਗੰਦਾ ਹੋਇਆ ਪਿਆ ਸੀ, ਬਹੁਤ ਜ਼ਿਆਦਾ ਡਸਟ ਆਈ ਪਈ ਸੀਗੀ, ਅਤੇ ਸਕਰੀਨਾਂ ਸਕਰੂਨਾਂ ਸਾਰੀਆਂ ਸਾਫ਼ ਕਰਦੇ, ਪਿੱਛੇ ਦੇਖ ਹੀ ਸਕਦੇ ਤੁਸੀਂ, ਅਤੇ ਤੁਹਾਨੂੰ ਦਿਖਾ ਦਿੰਦਾ ਨੇੜੇ ਤੋਂ ਦਿਖਾ ਦਿੰਦਾ ਇੱਕ ਵਾਰੀ, ਅਤੇ ਸਾਰਾ ਕਲੀਨ ਕਰਤਾ ਜੀ ਮੈਂ, ਅਤੇ ਚਲੋ ਜੀ ਆ ਜਾਓ ਦਿਖਾਉਣਾ ਤੁਹਾਨੂੰ ਮੈਂ। ਚਲੋ ਜੀ ਮੈਂ ਸਾਰਾ ਕਲੀਨ ਕਰਤਾ, ਬਸ ਦੋ ਕੰਮ ਰਹਿ ਗਏ, ਜੋ ਵੇਚ ਥੱਲੇ ਨਾ ਹਵਾ ਨਿਕਲੇ ਪਤਾ ਨਹੀਂ ਕਿਵੇਂ ਬਣ ਜਾਂਦੇ ਆ, ਇਹ ਬਾਹਲੇ ਬਣਦੇ ਨੇ ਜੇ ਆ ਜੀ, ਅਤੇ ਇੱਧਰ ਸਾਰਾ ਕੁਛ ਟੇਬਲ ਟੂਬਲ ਸਾਰਾ ਕਲੀਨ ਕਰਤਾ ਜੀ, ਵਿੱਚੋਂ ਵੀ ਸਾਰਾ ਕਲੀਨ ਕਰਤਾ ਜੀ, ਇਹਨਾਂ ਵਿੱਚੋਂ ਇੱਥੇ ਜਿਹੜਾ ਸੀਸਾ ਸੀ ਉਹ ਮੈਂ ਲਾਤਾ ਜੀ, ਇਹਦਾ ਕਾਰਨ ਇਹ ਸੀਗਾ ਮਤਲਬ ਨਾ ਰੀਸਟਾਰਟ ਹੋ ਗਿਆ ਦੋ ਤਿੰਨ ਵਾਰੀ, ਗਰਮ ਹੋ ਗਿਆ ਕਾਫੀ, ਉਹ ਗੇਮਿੰਗ ਗੁਮਿੰਗ ਕਰਦੇ ਟਾਈਮ
हो गया ही गर्म जहाँ तो फिर मैं ला के रखता ए सी हूँ घट्ट यूज़ करते हैं हूँ ठंड जी हो गई तो यह हजे गर्म रहा ही है एम डी का सूँ पता ही है सब तो ज़्यादा हीट होंगे रेंगे है ना तो कीबोर्ड वगैरह सारा माउस वगैरह सारा साफ करता जी मैं ए टू जैड जिन्ना भी बैकग्राउंड तो भी मतलब जी स्क्रीन सारिया साफ करती टेबल टूबल के इधरों जोड़े से अपने ड्रॉ वगैरह सारे इधरों ही साफ करते बस आह इधरला पासा रह गया गला क्लीन करने वाला ये मैं हूँ क्लीन कर दिना है क्लीन करके फिर मैं गड्डी वाश कर दें गड्डी वाश करके फिर चलते जी आप गड्डी वाला का काम कह रहा कैंसल हो गया धोने वाला जी तो माता होर लैके चलिया जी कह रहा सुनहरे की दुकान पर तो उन्हें काम से थोड़ा जहा तो उत्थे जाके फिर आके वेखदा गड्डी धोना जी नहीं तो फिर शाम को धोती जाऊगी जो फिर आके उधर लेट हो गए तो फिर डैडी नाल भी जाना पऊ उधर के मामे को जाना जी तो फिर आके देखते जी की बनता कि चलता सुनहरे दे हाँ जी सुनहरे दे जाए आए थे तो माता जी होर ने मैनू एक चांदी चाइनी दवाती कहते कड़ा लैला जा चाइनी लैला पर मैं शौक जहा है नहीं सी चीज़ा पाँगा मैं बहुत घट पाई पाइया मेरे तो पर मैं चल चाइनी लै लें चाइनी पाई फिरते अजक है ना तो हूँ चल जी कहना मुकसर मुकसर हो जाना जी असी मामा जी होर के नाल पहला जाके ट्राली दी असी वो लैनी जाली जाली लैके तो फिर उदो गांह जाना असी मतलब भी वह ट्रैक्टर लिया जी उन्होंने घर उन्होंने मामा जी लैके उधर जाना जी तो चलो आ जाओ फिर चलते जी उ हाँ जी जाली जूली तो लै ली जी असी तो बाजार आके तो ट्राली की हूँ चलें जी मामा जी होर के नाल दू के पैसे फिर आने जी वापस पेडरू फादर साहब आ रहे नाल वापस कॉपीराइट आ जाता तो करते हैं वापस गड्डी